ਤੁਸੀਂ ਸੁਣ ਰਹੇ ਹੋ ਨੋਵਲ ਬੇਨਾਮ ਰਿਸ਼ਤੇ, ਭੁਪਿੰਦਰ ਸਿੰਘ ਰੈਣਾ ਦੀ ਲਿਖਤ, ਸ਼ਮਾ ਪੰਗੂ ਦੀ ਜ਼ੁਬਾਨੀ। ਮੌਸਮ ਬਹਾਰ ਦਾ ਸੀ। ਕਸ਼ਮੀਰ ਦੀ ਧਰਤੀ ਫੁੱਲਾਂ ਨਾਲ ਮਹਿਕੀ ਮਹਿਕੀ ਲੱਗਦੀ ਸੀ। ਬਾਗ ਬਗੀਚੇ ਫਲਾਂ ਨਾਲ ਲੱਦੇ ਹੋਏ ਸਨ। ਕਲ ਕਲ ਕਰਦੀਆਂ ਨਦੀਆਂ ਪੱਥਰਾਂ ਨਾਲ ਵੱਜ ਵੱਜ ਕਲੋਲ ਕਰਦੀਆਂ ਤੇ ਮਨ ਮੋਹਕ ਸੰਗੀਤ ਫੈਲਾ ਰਹੀਆਂ ਸਨ ਵਾਤਾਵਰਨ ਵਿੱਚ। ਸਾਰੀ ਧਰਤੀ ਹਰੀ ਭਰੀ ਹੋ ਗਈ ਸੀ, ਝੋਨੇ ਦੀ ਫਸਲ ਨਾਲ ਜਿਵੇਂ ਕੁਦਰਤ ਨੇ ਮਖਮਲੀ ਸਫ਼ ਵਿਛਾਈ ਹੋਵੇ। ਐਸੇ ਮਾਹੌਲ ਵਿੱਚ ਮਨਾਂ ਵਿੱਚ ਪਿਆਰ ਉੱਗਦਾ ਹੈ, ਕਿਸੇ ਦੇ ਨੇੜੇ ਹੋਣ ਦਾ ਮਨ ਕਰਦਾ ਹੈ, ਕਿਸੇ ਦੀਆਂ ਬਾਹਾਂ ਵਿੱਚ ਸਿਮਟ ਕੇ ਗੁਆਚ ਜਾਣ ਦਾ ਜੀ ਕਰਦਾ ਹੈ। ਐਸੇ ਮਾਹੌਲ ਵਿੱਚ ਇੱਕ ਕੁੜੀ ਹਰਪ੍ਰੀਤ ਕੌਰ, ਜਿਸ ਨੂੰ ਸਾਰੇ ਪ੍ਰੀਤੀ ਕਹਿ ਕੇ ਸੱਦਦੇ ਸੀ, ਉਸ ਨੂੰ ਵੀ ਪਿਆਰ ਹੋ ਗਿਆ। ਪ੍ਰੀਤੀ ਇੱਕ ਸਧਾਰਨ ਘਰ ਦੀ ਲੜਕੀ ਸੀ, ਹਾਇਰ ਸੈਕੰਡਰੀ ਸਕੂਲ ਦੇ ਅੰਤਿਮ ਸ਼੍ਰੇਣੀ ਵਿੱਚ ਪੜ੍ਹਦੀ ਸੀ ਤੇ ਸਕੂਲ ਦਾ ਇਹ ਆਖਰੀ ਵਰ੍ਹਾ ਸੀ। ਉਸ ਦਾ ਪਰਿਵਾਰ ਬੜਾ ਹੀ ਗੁਰਸਿੱਖ, ਗੁਰਬਾਣੀ ਨੂੰ ਪਿਆਰ ਕਰਨ ਵਾਲਾ ਤੇ ਵਾਹਿਗੁਰੂ ਤੇ ਅਨੰਤ ਭਰੋਸਾ ਰੱਖਣ ਵਾਲਾ ਸੀ। ਪ੍ਰੀਤੀ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਦੋ ਵੱਡੇ ਭਰਾ ਸਨ ਤੇ ਇੱਕ ਬਜ਼ੁਰਗ ਮਾਤਾ। ਭਰਾਵਾਂ ਨੇ ਬੜੇ ਚਾਅ, ਪਿਆਰ ਤੇ ਨਿੱਘ ਨਾਲ ਪਾਲਿਆ ਸੀ। ਉਹ ਪ੍ਰੀਤੀ ਨੂੰ ਖੂਬ ਪੜ੍ਹਾਉਣਾ ਚਾਹੁੰਦੇ ਸਨ ਕਿਉਂਕਿ ਉਹ ਆਪ 10ਵੀਂ ਤੋਂ ਅੱਗੇ ਪੜ੍ਹ ਨਹੀਂ ਸੀ ਸਕੇ ਆਰਥਿਕ ਤੰਗੀ ਕਾਰਨ। ਹੁਣ ਦੋਨੋਂ ਨੌਕਰੀ ਕਰਦੇ ਸਨ। ਹੌਲੀ ਹੌਲੀ ਘਰ ਦੀ ਆਰਥਿਕ ਦਸ਼ਾ ਵੀ ਸੁਧਰ ਗਈ ਸੀ। ਪ੍ਰੀਤੀ ਨੂੰ ਪਿਆਰ ਹੋ ਗਿਆ ਸੀ ਇੱਕ ਮੁਸਲਮਾਨ ਮੁੰਡੇ ਫਿਆਜ਼ ਨਾਲ, ਜਿਹੜਾ ਕਿ ਉਸਦੇ ਮੁਹੱਲੇ ਵਿੱਚ ਰਹਿੰਦਾ ਸੀ। ਅਮੀਰ ਬਾਪ ਦਾ ਬੇਟਾ ਸੀ। ਜਦੋਂ ਕਿਸੇ ਕੋਲ ਸਾਈਕਲ ਹੋਣਾ ਕਠਿਨ ਸੀ, ਉਹਦੇ ਕੋਲ ਯਸਦੀ ਮੋਟਰਸਾਈਕਲ ਸੀ। ਹਰ ਰੋਜ਼ ਉਹ ਪ੍ਰੀਤੀ ਦਾ ਸਕੂਲ ਤੱਕ ਪਿੱਛਾ ਕਰਦਾ ਸੀ, ਉਸਨੂੰ ਪ੍ਰਭਾਵਿਤ ਕਰਦਾ ਤੇ ਫਿਰ ਨੇੜਤਾ ਵੱਧਦੀ ਗਈ ਤੇ ਮੋਟਰਸਾਈਕਲ ਤੇ ਉਸਨੂੰ ਛੱਡਣ ਜਾਂਦਾ। ਸਕੂਲ ਤੋਂ ਬਹਾਨੇ ਨਾਲ ਪ੍ਰੀਤੀ ਛੁੱਟੀ ਲੈ ਕੇ ਆ ਜਾਂਦੀ ਜਾਂ ਕਦੀ ਸਕੂਲ ਹੀ ਨਹੀਂ ਜਾਂਦੀ ਤੇ ਕਸ਼ਮੀਰ ਵਾਦੀ ਦੀ ਸੁੰਦਰਤਾ ਵਿੱਚ ਦੋਨੋਂ ਗੁਆਚ ਜਾਂਦੇ। ਮਖਮਲੀ ਕਲਾਤਕਾ ਤੇ ਲੇਟ ਜਾਂਦੇ, ਫੁੱਲਾਂ ਦੀਆਂ ਕਿਆਰੀਆਂ ਪਿੱਛੇ ਲੁੱਕ ਕੇ ਪਿਆਰ ਕਰਦੇ। ਨਿਸ਼ਾਦ ਤੇ ਛਾਲਾ ਮਾਰਦੇ ਫੁੱਲ ਬੂਟੇ ਉਹਨਾਂ ਦੇ ਪਿਆਰ ਦੀ ਗਵਾਹੀ ਹੁੰਦੇ। ਕੈਸੀ ਉਮਰ ਹੁੰਦੀ ਹੈ ਜਦੋਂ ਪਿਆਰ ਮਨ ਮਸਤਕ ਨੂੰ ਪਾਗਲ ਕਰ ਦਿੰਦਾ ਹੈ, ਧਰਮ ਜ਼ਾਤ ਦਾ ਅਹਿਸਾਸ ਮੁੱਕ ਜਾਂਦਾ ਹੈ, ਮਾਂ ਬਾਪ ਭੈਣ ਭਰਾਵਾਂ ਦਾ ਮੋਹ ਭੰਗ ਹੋ ਜਾਂਦਾ ਹੈ, ਮਨੁੱਖ ਅੰਨਾ ਹੋ ਜਾਂਦਾ ਹੈ, ਪਿਆਰੇ ਤੋਂ ਸਿਵਾ ਕੁਝ ਹੋਰ ਸੋਚਿਆ ਹੀ ਨਹੀਂ ਜਾਂਦਾ। ਆਪਣਿਆਂ ਦੀਆਂ ਸਾਰੀਆਂ ਉਮੀਦਾਂ ਖਾਹਿਸ਼ਾਂ ਤੁੱਛ ਲੱਗਦੀਆਂ ਨੇ। ਇਹ ਉਹ ਸਮਾਂ ਸੀ ਜਦੋਂ ਕਸ਼ਮੀਰ ਵਿੱਚ ਅਲਗਾਵਵਾਦ ਦੀ ਅੱਗ ਸੁਲਗਣ ਲੱਗੀ ਸੀ, ਲੋਕਾਂ ਦੀ ਸੋਚ ਬਦਲਣ ਲੱਗੀ ਸੀ। ਦੂਸਰੇ ਧਰਮ ਦੀ ਮਾਂ ਭੈਣ ਨੂੰ ਕੋਈ ਆਦਰ ਸਨਮਾਨ ਨਾਲ ਨਹੀਂ ਸੀ ਵੇਖਦਾ। ਕਿਸੇ ਹਿੰਦੂ ਜਾਂ ਸਿੱਖ ਦੀ ਲੜਕੀ ਨੂੰ ਪ੍ਰਭਾਵਿਤ ਕਰਕੇ ਆਪਣੇ ਪਿਆਰ ਜਾਲ ਵਿੱਚ ਫਸਾਉਣਾ ਇੱਕ ਸ਼ੌਕ ਬਣ ਗਿਆ ਸੀ। ਇਹੋ ਜਿਹੇ ਪਿਆਰ ਦਾ ਦੂਜਾ ਨਾਂ ਹਵਸ ਸੀ। ਕਿੰਨੇ ਹੀ ਹਾਦਸੇ, ਘਟਨਾਵਾਂ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਸਨ। ਕਿੰਨੀ ਪਰੇਸ਼ਾਨੀ ਸੀ ਮਾਂ ਪਿਓ ਵਾਸਤੇ, ਕਿਤਨੀਆਂ ਲੜਕੀਆਂ ਦੀ ਹੱਤਿਆ ਵੀ ਹੋ ਗਈ ਸੀ। ਅਣਖ ਵਾਸਤੇ ਕਈ ਪਿਤਾ ਆਤਮ ਹੱਤਿਆ ਵੀ ਕਰ ਚੁੱਕੇ ਸਨ। ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਸੀ ਕਰਦਾ। ਇੱਕ ਸ਼ਾਮ ਪ੍ਰੀਤੀ ਘਰ ਨਹੀਂ ਆਈ। ਸਾਰੇ ਰਿਸ਼ਤੇਦਾਰਾਂ, ਮਿੱਤਰਾਂ, ਉਸਦੀਆਂ ਸਕੂਲ ਦੀਆਂ ਸਹੇਲੀਆਂ ਤੋਂ ਪਤਾ ਕੀਤਾ। ਕੋਈ ਪਤਾ ਨਹੀਂ ਸੀ ਲੱਗਾ ਕਿ ਉਹ ਕਿੱਥੇ ਗਈ। ਭਰਾ ਪਰੇਸ਼ਾਨ ਸਨ। ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਸਾਰੀ ਰਾਤ ਰੋਂਦਿਆਂ ਬੀਤੀ। ਉਹਨਾਂ ਦਿਨਾਂ ਵਿੱਚ ਫੋਨ ਜਾਂ ਮੋਬਾਈਲ ਦੀ ਸੁਵਿਧਾ ਨਹੀਂ ਸੀ। ਰਾਤ ਨੂੰ ਕਿਧਰੇ ਜਾਣ ਲਈ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ। ਕਿਸੇ ਨੂੰ ਦੱਸਦਿਆਂ ਵੀ ਸ਼ਰਮ ਮਹਿਸੂਸ ਹੁੰਦੀ ਸੀ। ਚਿੰਤਾ ਤੇ ਰੋਸ ਵਿੱਚ ਰਾਤ ਬੀਤੀ। ਸਵੇਰੇ ਜਾ ਕੇ ਗੁਰਦੁਆਰੇ ਵਿੱਚ ਇਤਲਾਹ ਦਿੱਤੀ। ਸਟੇਜ ਤੋਂ ਸੰਗਤ ਨੂੰ ਸੁਣਾਇਆ ਗਿਆ। ਧਾਰਮਿਕ ਤੇ ਸਿੱਖ ਸਮਾਜ ਦੇ ਹਲਕਿਆਂ ਵਿੱਚ ਚਰਚਾ ਹੋਈ। ਇਹੋ ਜਿਹੇ ਸਮੇਂ ਸਾਰੇ ਇਕੱਠੇ ਹੋ ਜਾਂਦੇ ਹਨ। ਧਰਮ ਤੋਂ ਕੌਮ ਦਾ ਮਸਲਾ ਜੋ ਹੋਇਆ। ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ ਤੱਕ ਸਿੱਖ ਜਥੇਬੰਦੀ ਇਕੱਤਰ ਹੋ ਕੇ ਪੁਲਿਸ ਦੇ ਅਫਸਰਾਂ ਨੂੰ ਮਿਲੇ। ਪ੍ਰਸ਼ਾਸਨ ਅੱਗੇ ਦੁਹਾਈ ਕੀਤੀ। ਪ੍ਰਸ਼ਾਸਨ ਹਰਕਤ ਵਿੱਚ ਆਇਆ। ਪੁਲਿਸ ਦੇ SSP ਨੂੰ ਨਿਰਦੇਸ਼ ਦਿੱਤੇ ਗਏ। ਕੋਈ ਸੀਨੀਅਰ ਅਫਸਰ ਨਿਯੁਕਤ ਕੀਤੇ ਜਾਣ ਤੇ ਲੜਕੀ ਦੀ ਤਲਾਸ਼ ਕਰਕੇ ਦੋਸ਼ੀ ਨੂੰ ਫੜਿਆ ਜਾਵੇ ਅਤੇ ਲੜਕੀ ਬਰਾਮਦ ਕੀਤੀ ਜਾਵੇ। ਪੁਲਿਸ ਅਮਲਾ ਹਰਕਤ ਵਿੱਚ ਆਇਆ। ਇੱਕ ਸਿੱਖ DSP ਨੂੰ ਮੁਕਰਰ ਕੀਤਾ ਗਿਆ ਕਿ ਕੇਸ ਦੀ ਤਫਤੀਸ਼ ਕਰਨ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਏ।
ਅਖਬਾਰਾਂ ਵਿੱਚ ਖਬਰ ਛਪ ਗਈ। ਘਰ ਘਰ ਵਿੱਚ ਚਰਚਾ ਸ਼ੁਰੂ ਹੋ ਗਈ। ਤ੍ਰੀਮਤਾ ਵਾਸਤੇ ਤਾਂ ਜਲਵੰਤ ਖਬਰ ਸੀ, ਜਿੱਥੇ ਚਾਰ ਜਣੀਆਂ ਬੈਠਦੀਆਂ ਇਸ ਕਹਾਣੀ ਤੇ ਚਰਚਾ ਹੁੰਦੀ। ਨੌਜਵਾਨ ਸਿੱਖ ਲੜਕਿਆਂ ਵਿੱਚ ਬਹੁਤ ਰੋਸ ਸੀ, ਹਾਲਾਤ ਗੰਭੀਰ ਸਨ। ਪੁਲਿਸ ਨੇ ਬਹੁਤੇ ਸਾਰੀਆਂ ਜਗ੍ਹਾ ਤੇ ਬੰਦਿਸ਼ ਲਗਾ ਦਿੱਤੀ, ਪਰ ਲੜਕੀ ਦਾ ਕੋਈ ਸੁਰਾਖ ਨਹੀਂ ਮਿਲਿਆ। ਕਈ ਹੋਟਲ ਛਾਣੇ, ਕਈ ਹਾਊਸ ਬੋਟ ਵੇਖੇ, ਡਲ ਵਿੱਚ ਵਸੀਆਂ ਕਈ ਅਵੈਧ ਬਸਤੀਆਂ ਵਿੱਚ ਭਾਲ ਕੀਤੀ, ਪਰ ਕੋਈ ਪਤਾ ਨਹੀਂ ਚੱਲਿਆ। ਵਸਦੇ ਰਸਤੇ ਤੇ ਰਸੂਖ ਵਾਲੇ ਫਿਆਜ਼ ਦੇ ਪਰਿਵਾਰ ਵਿੱਚ ਵੀ ਪਰੇਸ਼ਾਨੀ ਸੀ ਕਿ ਲੜਕਾ ਘਰ ਨਹੀਂ ਆਇਆ। ਉਸ ਦੀ ਵੀ ਤਲਾਸ਼ ਆਰੰਭ ਹੋ ਗਈ। ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੂੰ ਅੰਦਾਜ਼ਾ ਹੋ ਗਿਆ ਕਿ ਪ੍ਰੀਤੀ ਤੇ ਫਿਆਜ਼ ਇਕੱਠੇ ਹੀ ਅਲੋਪ ਹੋਏ ਹਨ ਤੇ ਹੋ ਸਕਦਾ ਹੈ ਦੋਨੋਂ ਇਕੱਠੇ ਹੀ ਭੱਜੇ ਹੋਣ। ਉਸਦੇ ਸੰਪਰਕ ਵਾਲੇ ਸਥਾਨਾਂ ਤੇ ਛਾਪੇ ਮਾਰੇ, ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਤੇ ਅੰਤ ਵਿੱਚ ਅਨੰਤ ਰਾਗ ਦੇ ਕਿਸੇ ਪਿੰਡ ਵਿੱਚ ਪਕੜੇ ਗਏ। ਫਿਆਜ਼ ਦੇ ਮੋਟਰਸਾਈਕਲ ਦੀ ਗਤੀਵਿਧੀਆਂ ਕਾਰਨ ਹੀ ਪੁਲਿਸ ਨੂੰ ਸਫਲਤਾ ਮਿਲੀ। ਇੱਕ ਹਫ਼ਤੇ ਬਾਅਦ ਤਦ ਤੱਕ ਪ੍ਰੀਤੀ ਦੇ ਜੀਵਨ ਵਿੱਚ ਬਹੁਤ ਬਦਲਾਵ ਆ ਚੁੱਕਿਆ ਸੀ। ਉਸਨੇ ਧਰਮ ਹੀ ਬਦਲ ਲਿਆ ਸੀ, ਨਿਕਾਹ ਕਰ ਲਿਆ ਸੀ, ਪਰ ਇਸ ਸਭ ਦਾ ਕੋਈ ਕਾਨੂੰਨੀ ਪਹਿਲੂ ਨਹੀਂ ਸੀ। ਉਸਨੂੰ ਲਿਆ ਕੇ ਘਰਦਿਆਂ ਦੇ ਹਵਾਲੇ ਕਰ ਦਿੱਤਾ। ਭਰਾਵਾਂ ਨੇ ਹੱਥਾਂ, ਮੁੱਕਿਆਂ, ਲੱਤਾਂ ਨਾਲ ਦਿਲ ਦੀ ਪੜਾਸ ਕੱਢੀ। ਮਾਂ ਨੇ ਵਾਲ ਪੁੱਟੇ, ਸਾਰਿਆਂ ਨੇ ਲਾਹਨਤਾਂ ਪਾਈਆਂ ਕਿ ਇਸ ਦਿਨ ਵਾਸਤੇ ਤੂੰ ਜੰਮੀ ਸੀ। ਖਾਨਦਾਨ ਦੇ ਨਾਂ, ਸਮਾਜ ਦੇ ਨਾਂ ਨੂੰ ਕਲੰਕਿਤ ਕੀਤਾ। ਉਸ ਸਮੇਂ ਦੇ ਸਿੱਖ ਸਮਾਜ ਲਈ ਗੰਭੀਰ ਚਿੰਤਾਜਨਕ ਵਿਸ਼ੇ ਸੀ। ਇਸ ਤੋਂ ਪਹਿਲਾਂ ਕੁਝ ਇੱਕਾ ਦੁੱਕਾ ਵਾਕਿਆ ਹੋ ਗਏ ਸਨ, ਜਦੋਂ ਸਿੱਖ ਲੜਕੀਆਂ ਕਿਸੇ ਮੁਸਲਮਾਨ ਲੜਕੇ ਨਾਲ ਘਰੋਂ ਨੱਸ ਗਈਆਂ ਸਨ। ਸਮਾਜ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਸੀ ਕਿ ਕੋਈ ਸਿੱਖ ਲੜਕਾ ਲੱਭੇ ਤੇ ਪ੍ਰੀਤੀ ਦਾ ਵਿਆਹ ਕਰ ਦਿੱਤਾ ਜਾਏ। ਸਿੱਖ ਨੌਜਵਾਨ ਸਭਾ ਨੂੰ ਭਰੋਸੇ ਵਿੱਚ ਲੈ ਕੇ ਚਾਲ ਚਲਾਈ। ਐਸੀ ਕੁੜੀ ਨਾਲ ਕੋਈ ਸ਼ਾਦੀ ਕਰਨ ਨੂੰ ਤਿਆਰ ਨਹੀਂ ਸੀ। ਪ੍ਰੀਤੀ ਅੱਤ ਦੀ ਸੋਹਣੀ ਸੀ, ਹੱਥ ਲਾਉਂਦਿਆਂ ਮੈਲੀ ਹੁੰਦੀ ਸੀ, ਚੰਨ ਦਾ ਟੁਕੜਾ ਸੀ, ਪਰ ਆਪਣੀ ਹਿਮਾਕਤ ਕਾਰਨ ਆਪਣੇ ਭਵਿੱਖ ਨੂੰ ਕਲੰਕ ਲਗਾ ਲਿਆ ਸੀ ਉਸਨੇ। ਕੋਈ ਮੁੰਡਾ ਹਿੰਮਤ ਵੀ ਕਰਦਾ, ਪਰ ਉਸਦੇ ਮਾਤਾ ਪਿਤਾ ਤਿਆਰ ਨਹੀਂ ਹੁੰਦੇ। ਅੰਤ ਵਿੱਚ ਇੱਕ ਲੜਕਾ ਬਬਲੂ ਤਿਆਰ ਹੋ ਗਿਆ। ਉਸਦਾ ਅਸਲੀ ਨਾਂ ਬਲਬੀਰ ਸੀ। ਪੜ੍ਹਿਆ ਲਿਖਿਆ ਜ਼ਰੂਰ ਸੀ, ਪਰ ਵਿਹਲਾ ਸੀ, ਕੋਈ ਕੰਮ ਕਾਜ ਨਹੀਂ ਸੀ। ਸਿੱਖ ਹੋਣ ਦਾ ਜਨੂੰਨ ਸੀ, ਭਾਵੁਕ ਸੀ, ਜਜ਼ਬਾਤੀ ਸੀ। ਉਸਦੇ ਮਨ ਵਿੱਚ ਇਹ ਫੁਰਨਾ ਆਇਆ ਕਿ ਚਲੋ, ਅਗਰ ਕੁੜੀ ਨੇ ਗਲਤੀ ਕਰ ਲਈ ਹੈ, ਉਹਨੂੰ ਗਲਤੀ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸ਼ਾਇਦ ਗਲਤੀ ਮਹਿਸੂਸ ਕਰਕੇ ਸਮਾਜ ਵਿੱਚ ਹੋਈ ਬਦਨਾਮੀ ਦੇ ਅਸਰ ਕਾਰਨ ਇੱਕ ਚੰਗੀ ਪਤਨੀ ਸਾਬਤ ਹੋਈ। ਅਗਰ ਕੋਈ ਬੰਦਾ ਇਸ ਸਮੇਂ ਉਸਨੂੰ ਸਹਾਰਾ ਨਾ ਦੇਵੇ ਤਾਂ ਹੋ ਸਕਦਾ ਉਹ ਫਿਰ ਅੰਨੇ ਖੂਹ ਵਿੱਚ ਵੀ ਡਿੱਗ ਜਾਵੇ ਤੇ ਜੀਵਨ ਬਰਬਾਦ ਕਰ ਲਵੇ। ਬਬਲੂ ਦੇ ਪਿਤਾ ਬਿਲਕੁਲ ਹੀ ਇਸ ਪੱਖ ਵਿੱਚ ਨਹੀਂ ਸਨ। ਆਪਣੀ ਭੈਣ ਦੇ ਸਮਝਾਉਣ ਤੇ ਉਹ ਮੰਨ ਗਏ। ਬਬਲੂ ਤੇ ਪ੍ਰੀਤੀ ਦਾ ਵਿਆਹ ਹੋ ਗਿਆ। ਸਿੱਖ ਸਮਾਜ ਨੇ ਸਹਾਇਤਾ ਕੀਤੀ, ਕਈ ਸਿੱਖ ਜਥੇਬੰਦੀਆਂ ਨੇ ਉਤਸ਼ਾਹਿਤ ਕੀਤਾ ਤੇ ਦੋਵਾਂ ਨੂੰ ਵਸਾਉਣ ਵਿੱਚ ਸ਼ਲਾਘਾਯੋਗ ਕਦਮ ਚੁੱਕੇ ਤੇ ਬਬਲੂ ਤੇ ਪ੍ਰੀਤੀ ਪਤੀ ਪਤਨੀ ਬਣ ਗਏ। ਇਹ ਸੀ ਬੇਨਾਮ ਰਿਸ਼ਤੇ ਦੀ ਪਹਿਲੀ ਕਿਸ਼ਤ ਤੇ ਦੂਸਰੀ ਕਿਸ਼ਤ ਬਹੁਤ ਜਲਦੀ।